ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਸਾਰਿਆਂ ਨੂੰ। ਮੈਂ ਅੱਜ ਇੱਕ ਨਿਊਜ਼ ਦੇਖੀ ਸੀ ਆਪਣਾ ਕੈਪਟਨ ਸਾਹਿਬ ਦੀ, ਅਤੇ ਉਹਨਾਂ ਨੇ ਇਹ ਕਿਹਾ ਆ ਵੀ ਜੇ ਆਪਣਾ ਕਰੋਨਾ ਵਾਇਰਸ 'ਤੇ ਕੰਟਰੋਲ ਨਾ ਹੋਇਆ ਤਾਂ ਇਹ ਜਿਹੜੀ ਕਰਫਿਊ ਦੀ ਬੁਨਿਆਦ ਆ ਇਹ ਵਧਾ ਦਿੱਤੀ ਜਾਏਗੀ। ਜਿਵੇਂ ਹੁਣ 14 ਤਰੀਕ ਤੱਕ ਦਾ ਕਹਿ ਰਹੇ ਸੀ ਲੋਕਡਾਊਨ ਆ, ਅਤੇ ਇਸ ਤੋਂ ਵੱਧ ਕਰ ਦਿੱਤਾ ਜਾਏਗਾ। ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਆਪਣਾ ਕੈਪਟਨ ਸਾਹਿਬ ਨੂੰ ਵੀ, ਅਤੇ ਵੀ ਸਰ ਜੇ ਆਪਣਾ ਕਰਫਿਊ 14 ਤਰੀਕ ਤੋਂ ਜ਼ਿਆਦਾ ਵੱਧਦਾ ਆ ਤਾਂ ਇਹ ਦੇਖੋ ਜਿਹੜੇ ਗਰੀਬ ਨੇ ਉਹਨਾਂ ਦਾ ਹਾਲ ਕੀ ਹੋਣਾ ਹੈ, ਮਜ਼ਦੂਰ ਨੇ ਜਾਂ ਦਿਹਾੜੀਦਾਰ ਨੇ ਜਾਂ ਕੋਈ ਵੀ ਆ, ਵੀ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਤੁਹਾਨੂੰ ਕਿ ਉਹਨਾਂ ਦੇ ਬੱਚੇ ਦੁੱਧ ਤੋਂ ਬੈਠੇ ਨੇ, ਰਾਸ਼ਨ ਤੋਂ ਬੈਠੇ ਨੇ, ਅਤੇ ਦੂਜਾ ਜਿਹੜਾ ਉਹਨਾਂ ਨੂੰ ਹੋਰ ਪ੍ਰੋਬਲਮਾਂ ਦਾ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਦਵਾਈ ਬੂਟੀ ਦਾ ਜਾਂ ਹੋਰ ਜਿਹੜੀਆਂ ਹੋਰ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਨਹੀਂ ਪੂਰੀਆਂ ਹੋ ਰਹੀਆਂ। ਅਤੇ ਪਲੀਜ਼ ਇਹ ਮਤਲਬ ਉਹਨਾਂ ਲਈ ਸੋਚਿਆ ਜਾਵੇ। ਅਤੇ ਦੂਜੀ ਗੱਲ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਪਰਸੋਂ ਚੌਥੇ ਲਾਈਵ ਹੋਈ ਸੀ ਆਪਣੇ ਵਾਰਡ ਬਾਰੇ ਮੈਨੇ ਗੱਲ ਕਰੀ ਸੀ, ਅਤੇ ਵਾਰਡ ਦੀ ਖਬਰ ਦਾ ਅਸਰ ਤਾਂ ਜ਼ਰੂਰ ਹੋਇਆ, ਪਰ ਕੀ ਕਹਿੰਦੇ ਨੇ ਫਿਰ ਆਏ ਸੀ ਇੱਥੇ ਕੁਛ ਦਾਨੀ ਸੱਜਣ ਵਾਰਡ ਦੇ ਲਈ, ਆਪਣਾ ਦਾਨ ਕਰਨ ਲਈ ਗਰੀਬ ਪਰਿਵਾਰਾਂ ਨੂੰ। ਅਤੇ ਇੱਕ ਆਪਣਾ ਜਿਹੜੇ ਸਾਡੇ MC ਜੀ ਨੇ ਉਹਨਾਂ ਨੇ ਜ਼ਰੂਰ ਆਪਣਾ ਸਾਡੀ ਵਾਰਡ ਦੇ ਆਪਣਾ ਸਾਡੇ ਮੁਹੱਲੇ ਦੇ ਵਿੱਚ ਆਏ ਨੇ, ਸਿਰਫ ਇਸ ਗੱਲ ਕਰਕੇ ਕਿ ਮੈਂ ਲਾਈਵ ਹੋਈ ਜਾਂ ਮੈਂ ਕੁਛ ਬੋਲਿਆ। ਅਤੇ ਮੇਰਾ ਮਤਲਬ ਇਹ ਨਹੀਂ ਸੀਗਾ ਕਿ ਸਾਡੇ ਮੁਹੱਲੇ ਦੇ ਵਿੱਚ ਰਾਸ਼ਨ ਦਿਉ ਜਾਂ ਉਹ ਕਰੋ, ਸਾਡੇ ਮੁਹੱਲੇ ਦੇ ਵਿੱਚ ਨਹੀਂ ਮੈਨੇ ਕਿਹਾ ਸੀ, ਮੈਨੇ ਇਹ ਕਿਹਾ ਸੀਗਾ ਜਿਹੜੇ ਜ਼ਰੂਰਤਮੰਦ ਜਿਹੜੇ ਲੋਕ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ। ਅਤੇ ਇੱਥੇ ਵੀ ਸਿਰਫ ਉਹਨਾਂ ਨੂੰ ਰਾਸ਼ਨ ਦਿੱਤਾ ਜਿਨ੍ਹਾਂ ਨੂੰ ਜ਼ਰੂਰਤ ਹੀ ਨਹੀਂ ਸੀ, ਜਿਨ੍ਹਾਂ ਦੇ ਘਰ ਸਰਕਾਰੀ ਨੌਕਰੀਆਂ ਨੇ ਅਤੇ AC ਵਗੈਰਾ ਲੱਗੇ ਹੋਏ ਨੇ ਅਤੇ ਐਨ ਵਧੀਆ ਰੱਜੇ ਪੁੱਜੇ ਪਰਿਵਾਰਾਂ ਨੂੰ ਉਹ ਰਾਸ਼ਨ ਦੇ ਗਏ ਨੇ, ਸਿਰਫ ਇਸ ਗੱਲ ਕਰਕੇ ਵੀ ਹਾਂ ਵੀ ਇੱਥੋਂ ਇਹ ਮੁਹੱਲੇ ਦੇ ਵਿੱਚੋਂ ਮੇਰੀਆਂ ਵੋਟਾਂ ਟੁੱਟ ਜਾਣ, ਇਹ ਬਹੁਤ ਮਾੜੀ ਗੱਲ ਆ। ਅਤੇ ਇਹ ਸੋਚਣਾ ਚਾਹੀਦਾ ਆ, ਜੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੀ ਹਾਂ ਜਿਹੜੇ ਰਾਸ਼ਨ ਦਿੰਦੇ ਨੇ ਕਿ ਚਲੋ ਠੀਕ ਹੈ ਤੁਸੀਂ ਰਾਸ਼ਨ ਦਿੰਦੇ ਹੋ, ਪਹਿਲੀ ਗੱਲ ਤਾਂ ਇਹ ਤੁਹਾਡੀ, ਇਹ ਸਭ ਤੋਂ ਜ਼ਿਆਦਾ ਮਾੜੀ ਗੱਲ ਹੈ ਕਿ ਹਾਂ ਤੁਸੀਂ ਆਪਣਾ ਜਦੋਂ ਰਾਸ਼ਨ ਦਿੰਦੇ ਹੋ ਉਦੋਂ ਗਰੀਬ ਵਿਚਾਰਾ ਜਿਹੜਾ ਗਰੀਬ ਹੁੰਦਾ ਤਾਂ ਵੈਸੇ ਹੀ ਮਰਿਆ ਹੁੰਦਾ ਆ, ਉਦੋਂ ਤੁਸੀਂ ਉਹਨੂੰ ਸ਼ਰਮ ਨਾਲ ਮਾਰ ਦਿੰਦੇ ਹੋ, ਉਹਨਾਂ ਦੀਆਂ ਫੋਟੋਆਂ ਖਿੱਚਦੇ ਹੋ ਜਾਂ ਉਹਨਾਂ ਦੀ ਵੀਡੀਓ ਬਣਾਉਂਦੇ ਹੋ। ਦੂਜੀ ਗੱਲ, ਜਦੋਂ ਤੁਸੀਂ ਰਾਸ਼ਨ ਦਿੰਦੇ ਹੋ ਤਾਂ ਤੁਸੀਂ ਇਹ ਨਹੀਂ ਦੇਖਦੇ ਕਿ ਇਹ ਜ਼ਰੂਰਤਮੰਦ ਹੈਗਾ ਜਾਂ ਨਹੀਂ ਹੈਗਾ, ਸਿਰਫ ਕਿਉਂਕਿ ਉਸ ਟਾਈਮ ਜਿਹੜਾ ਇਹਨਾਂ ਦਾ ਕੋਨਸਨਟ੍ਰੇਟ ਹੁੰਦਾ, ਜਿਹੜਾ ਵੀ ਧਿਆਨ ਹੁੰਦਾ ਇਹਨਾਂ ਦਾ, ਸਿਰਫ ਆਪਣਾ ਫੇਸਬੁੱਕ 'ਤੇ ਲਾਈਵ ਹੋ ਕੇ ਵਿਊ ਦੇਖਣ ਦਾ ਹੁੰਦਾ ਵੀ ਸਾਨੂੰ ਕੌਣ ਕੌਣ ਲਾਈਵ ਹੁੰਦੇ ਦੇਖ ਰਿਹਾ ਆ ਜਾਂ ਸਾਡੀਆਂ ਮਤਲਬ ਕੌਣ ਕੌਣ ਲਾਈਕ ਕਰ ਰਿਹਾ, ਕੌਣ ਕੌਣ ਕਮੈਂਟ ਕਰ ਰਿਹਾ, ਇਹ ਨਹੀਂ ਦੇਖਦੇ ਕਿ ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਅਤੇ ਉਹਨਾਂ ਨੂੰ ਸਾਨੂੰ ਰਾਸ਼ਨ ਦੇਣਾ ਚਾਹੀਦਾ ਆ ਅਤੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਅੱਜ 14 ਦਿਨ ਹੋ ਗਏ ਨੇ ਕਰਫਿਊ ਲੱਗੇ ਨੂੰ, ਹਜੇ ਤੱਕ ਮੈਨੂੰ ਨਹੀਂ ਲੱਗਦਾ ਹੈਗਾ ਕਿ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਤੱਕ ਰਾਸ਼ਨ ਪਹੁੰਚਿਆ ਆ ਜਾਂ ਕੋਈ ਸਹੂਲਤਾਂ ਪਹੁੰਚੀਆਂ ਨੇ, ਕਿਉਂਕਿ ਜਦੋਂ ਕੋਈ ਸੁਸਾਇਟੀ ਵਾਲੇ ਜਿੱਥੇ ਵੀ ਆਉਂਦੇ ਨੇ ਉੱਥੇ ਫੋਨ ਕਰਕੇ ਆਉਂਦੇ ਨੇ ਜਾਂ ਮੇਨ ਜਿਹੜਾ MC ਹੁੰਦਾ ਜਾਂ ਸਰਪੰਚ ਹੁੰਦਾ ਉਹਦੇ ਨਾਲ ਗੱਲ ਕਰਦੇ ਨੇ ਵੀ ਹਾਂਜੀ ਵੀ ਅਸੀਂ ਤੁਹਾਡੇ ਮੁਹੱਲੇ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਆਪਾਂ ਰਾਸ਼ਨ ਦੇਣ ਆਉਣਾ ਆ ਵੀ ਤੁਸੀਂ ਦੱਸੋ, ਪਰ ਇਹ ਜਿਹੜੇ ਆਪਣੇ MC ਨੇ ਜਾਂ ਸਰਪੰਚ ਨੇ, ਅਤੇ ਮੈਂ ਸਾਰਿਆਂ ਨੂੰ ਨਹੀਂ ਮਾੜਾ ਕਹਿੰਦੀ ਪਰ ਵਿੱਚ ਨੂੰ ਹੈਗੇ ਨੇ, ਮੈਂ ਉਹਨਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਇਹ ਉੱਥੇ ਲੈ ਜਾਂਦੇ ਨੇ ਕਿ ਜਿੱਥੇ ਇਹਨਾਂ ਦੀ ਜਿੱਥੇ ਇਹਨਾਂ ਨੂੰ ਪਤਾ ਹੁੰਦਾ ਆ ਕਿ ਇਹਨਾਂ ਨੂੰ ਵੋਟਾਂ ਪੈਣੀਆਂ ਨੇ ਜਾਂ ਇਹਨਾਂ ਦੇ ਵੱਧ ਤੋਂ ਵੱਧ ਇਹਨਾਂ ਦਾ ਨਾਮ ਹੁੰਦਾ ਆ, ਇਹ ਬਹੁਤ ਮਾੜੀ ਗੱਲ ਆ। ਅਤੇ ਇਹ ਜਿਹੜਾ ਹੁਣ ਕਰਫਿਊ ਦਾ ਮੈਂ ਅੱਜ ਸੁਣਿਆ ਵੀ ਹਾਂ ਵੀ 14 ਤਰੀਕ ਤੋਂ ਵੱਧ ਇਹ ਵਧਾਇਆ ਜਾ ਰਿਹਾ ਆ, ਅਤੇ ਪਲੀਜ਼ ਇਹਨਾਂ ਬਾਰੇ ਜਿਹੜੇ ਆਪਣਾ ਗਰੀਬ ਨੇ ਇਹਨਾਂ ਬਾਰੇ ਸੋਚੋ, ਅਤੇ ਜਿਹੜੇ ਦਾਨੀ ਸੱਜਣ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ। ਅਤੇ ਅੱਜ ਤੱਕ ਵੀ ਮੈਂ ਨਹੀਂ ਦੇਖਿਆ ਹੈਗਾ, ਅੱਜ 14 ਦਿਨ ਹੋ ਗਏ ਨੇ ਵੀ ਅੱਜ ਤੱਕ ਕੋਈ ਸੁਸਾਇਟੀ ਵਾਲਾ ਆਇਆ ਹੋਵੇ, ਜਿਹੜੇ NGO ਵਾਲਾ ਆਇਆ ਹੋਵੇ, ਕਿਸੇ ਗਰੀਬ ਨੂੰ ਮਤਲਬ ਕੋਈ ਫਾਈਨੈਂਸ਼ਲੀ ਸਪੋਰਟ ਕੀਤੀ ਹੋਵੇ ਜਾਂ ਕੋਈ ਮੈਡੀਸਿਨ ਦੀ ਸਪੋਰਟ ਕੀਤੀ ਹੋਵੇ, ਕਿਉਂਕਿ ਜਿਹੜੇ NGO ਨੇ ਉਹ ਆਪਣਾ
ਆਪਣਾ ਗਰੀਬ ਲੋਕਾਂ ਦੇ ਨਾਮ 'ਤੇ ਹੀ ਪੈਸਾ ਇਕੱਠਾ ਕਰਦੇ ਨੇ, ਅਤੇ ਜਿਹੜੇ ਇਹਨਾਂ ਦੇ NGO ਦੇ ਵਿੱਚ ਜਿਹੜੇ ਇਹਨਾਂ ਦੇ ਅਕਾਊਂਟ ਭਰੇ ਹੋਏ ਨੇ ਉਹ ਵੀ ਸਾਡੇ ਲੋਕਾਂ ਦੇ, ਆਪਣੇ ਜਿਹੜੇ ਇਹਨਾਂ ਦੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਦੇ ਉਹਦੇ ਕਰਕੇ ਵਧੇ ਅਕਾਊਂਟ, ਇਹਨਾਂ ਦੇ ਪੈਸੇ ਵਧੇ ਹੋਏ ਨੇ। ਅਤੇ ਪਲੀਜ਼ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਪਣਾ ਜਿਹੜੇ ਇਹ ਆਪਣਾ ਫੇਸਬੁੱਕ 'ਤੇ ਲਾਈਵ ਹੋ ਕੇ ਆਪਣਾ ਜਿਹੜੀ ਐਡਵਰਟਾਈਜਮੈਂਟ ਕਰਦੇ ਨੇ NGO ਦੀ, ਅਤੇ ਹੁਣ ਇਹਨਾਂ ਦਾ ਸਾਹਮਣੇ ਆਉਂਦਾ ਟਾਈਮ ਆ, ਅਤੇ ਹੁਣ ਇਹਨਾਂ ਨੂੰ ਅਸਲੀ ਆਪਣੀ ਜਿਹੜੀ ਆ ਉਹ ਪੂਰੀ ਕਰਨੀ ਚਾਹੀਦੀ ਹੈ, ਲੋਕਾਂ ਦੀ ਹੈਲਪ ਕਰਨੀ ਚਾਹੀਦੀ ਆ। ਅਤੇ ਬਸ ਇਹ ਬਹੁਤ ਮਾੜੀ ਗੱਲ ਹੈ ਕਿ ਜਿਹੜਾ ਗਰੀਬ ਹੈ ਕੋਰੋਨਾ ਨਾਲ ਘੱਟ, ਅਤੇ ਇਸ ਟਾਈਮ ਗਰੀਬੀ ਨਾਲ ਜ਼ਿਆਦਾ ਮਰੇਗਾ, ਭੁੱਖਮਰੀ ਨਾਲ ਜ਼ਿਆਦਾ ਮਰੇਗਾ। ਅਤੇ ਕੱਲ੍ਹ ਵੀ ਪਰਸੋਂ ਅਸੀਂ ਗਏ ਸੀ ਕਿਤੇ ਕਵਰੇਜ ਕਰਨ, ਉੱਥੇ ਵੀ ਇੱਕ ਵਿਚਾਰੀ ਬਜ਼ੁਰਗ ਮਾਤਾ ਸੀ, ਕਿਉਂਕਿ ਜਿੱਥੇ ਜਾਂਦੇ ਆਪਾਂ ਮੁਹੱਲਿਆਂ ਦੇ ਕਲੋਨੀ ਦੇ ਵਿੱਚ ਜਾਂਦੇ ਆ, ਜਿਹੜੇ ਅਰੇਂਜ ਹੁੰਦਾ ਇਹਨਾਂ ਦਾ ਹੱਦ 10 ਬੰਦੇ ਦਾ ਜਾਂ 20 ਬੰਦੇ ਦਾ ਅਰੇਂਜ ਹੁੰਦਾ, ਜੋ ਵੀ ਰਾਸ਼ਨ ਦੇਣ ਜਾਂਦਾ ਜਾਂ ਕੁਛ ਵੀ ਕਰਨ ਜਾਂਦਾ ਆ, ਅਤੇ ਉਹਨਾਂ ਨੂੰ ਦੇ ਕੇ ਗੱਡੀਆਂ ਗੁੱਡੀਆਂ ਦੇ ਵਿੱਚ ਆ ਜਾਂਦੇ ਨੇ ਵਿਚਾਰੇ, ਚਲੋ ਜਿਹੜੇ ਭੱਜ ਨੱਠ ਕਰਕੇ ਜਾਂ ਮਤਲਬ ਲੈ ਲੈਂਦੇ ਨੇ ਰਾਸ਼ਨ। ਅਤੇ ਬਜ਼ੁਰਗ ਮਾਤਾ ਵਿਚਾਰੀ 60 ਸਾਲ ਦੀ ਬਜ਼ੁਰਗ ਮਾਤਾ ਸੀ, ਅਤੇ ਉਹਨੂੰ ਜਦ ਪੁੱਛਿਆ ਸੀ ਵੀ ਮਾਤਾ ਜੀ ਤੁਹਾਨੂੰ ਮਿਲਿਆ ਰਾਸ਼ਨ ਨਹੀਂ ਮਿਲਿਆ, ਉਹ ਕਹਿੰਦੀ ਬੇਟਾ ਜਿਸ ਦਿਨ ਦਾ ਮਤਲਬ ਕਰਫਿਊ ਲੱਗਿਆ ਉਸ ਦਿਨ ਦਾ ਮੈਨੂੰ ਰਾਸ਼ਨ ਨਹੀਂ ਮਿਲਿਆ, ਅਤੇ ਹੁਣ ਵੀ ਮੈਨੂੰ ਉਮੀਦ ਨਹੀਂ ਹੈਗੀ ਕਿ ਮੈਨੂੰ ਮਿਲੇਗਾ। ਪਲੀਜ਼ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਆਪਣਾ ਵੀ ਜਦੋਂ ਅਸੀਂ ਆਪਣਾ ਟੈਕਸ ਭਰਦੇ ਹਾਂ, ਜਿਹੜੇ ਗਰੀਬ ਦੇ ਉਹਦੇ 'ਚੋਂ ਟੈਕਸ ਜਾਂਦਾ ਆ, ਅਸੀਂ GST ਵਗੈਰਾ ਸਾਰਾ ਕੁਛ ਭਰ ਰਹੇ ਹਾਂ, ਤਾਂ ਸਾਡੇ ਇਹਨਾਂ ਬਾਰੇ ਸੋਚਣਾ ਵੀ ਚਾਹੀਦਾ ਆ, ਅਤੇ ਇਹਨਾਂ ਦੀ ਹੈਲਪ ਵੀ ਕਰਨੀ ਚਾਹੀਦੀ ਹੈ। ਕਿਉਂਕਿ ਜੇ ਕਰਫਿਊ ਦਾ ਟਾਈਮ ਜਾਂ ਮਤਲਬ ਇਹ ਕਰੋਨਾ ਕਰਕੇ ਚਲੋ ਇਹ ਬਿਮਾਰੀ ਵੀ ਬਹੁਤ ਭੈੜੀ ਆ, ਅਤੇ ਜਿਹੜਾ ਸਰਕਾਰ ਦਾ ਫੈਸਲਾ ਹੈ ਉਹ ਵੀ ਬਹੁਤ ਸਹੀ ਹੈ ਕਿ ਇਹ ਬਿਮਾਰੀ ਤੋਂ ਬਚੋ, ਪਰ ਜਦੋਂ ਕੀ ਕਹਿੰਦੇ ਨੇ ਆਪਣਾ ਕਿਸੇ ਕੋਲ ਹੈਲਪ ਹੀ ਨਹੀਂ ਹੋਣੀ ਫਾਈਨੈਂਸ਼ਲੀ ਲੋਕ ਟੁੱਟ ਜਾਣੇ ਆ, ਅਤੇ ਭੁੱਖਮਰੀ ਨਾਲ ਲੋਕ ਜ਼ਿਆਦਾ ਮਰਨਗੇ, ਤਾਂ ਇਸਦਾ ਵੀ ਕੋਈ ਸਲੂਸ਼ਨ ਹੋਣਾ ਚਾਹੀਦਾ ਆ। ਕਿਉਂਕਿ ਹਜੇ ਤੱਕ ਕੋਈ ਸਰਕਾਰੀ ਜਿਹੜੀ ਸਹੂਲਤਾਂ ਹਜੇ ਤੱਕ ਨਹੀਂ, ਮੈਨੂੰ ਨਹੀਂ ਲੱਗਦਾ ਜਿਹੜੇ ਜ਼ਰੂਰਤਮੰਦ ਘਰ ਨੇ ਉਹਨਾਂ ਤੱਕ ਪਹੁੰਚੀ ਹੋਏਗੀ, ਕਿ ਜਿਹੜੇ MC ਨੇ ਜਾਂ ਸਰਪੰਚ ਨੇ ਉਹ ਆਪਣੇ ਤੱਕ ਹੀ ਸੀਮਤ ਰੱਖਦੇ ਨੇ, ਹਰ ਇੱਕ ਗੱਲ ਇਹਨਾਂ ਤੱਕ ਹੀ ਰਹਿੰਦੀ ਹੈ, ਇਹਨਾਂ ਦੇ ਜਿਹੜੇ ਨੇੜੇ ਦੇ ਹੁੰਦੇ ਨੇ ਜਾਂ ਇਹਨਾਂ ਦੇ ਰਿਸ਼ਤੇਦਾਰ ਹੁੰਦੇ ਨੇ ਜਾਂ ਕੋਈ ਵੀ ਹੁੰਦਾ, ਉਹਨਾਂ ਤੱਕ ਹੀ ਜਾਂਦਾ ਆ। ਇਹ ਬਹੁਤ ਆਪਣਾ ਗੰਭੀਰ ਸਮੱਸਿਆ ਆ, ਬਹੁਤ ਜ਼ਿਆਦਾ ਜਿਹੜੇ ਕਿਹੜਾ ਆਪਣਾ ਮੱਧ ਵਰਗ ਦੇ ਲੋਕ ਨੇ ਇਹਨੇ ਇਹਨਾਂ ਬਾਰੇ ਬਹੁਤ ਸੋਚਣ ਦੀ ਲੋੜ ਹੈ ਇਹਨਾਂ ਨੂੰ, ਸਰਕਾਰਾਂ ਨੂੰ, ਕਿਉਂਕਿ ਸਭ ਤੋਂ ਜ਼ਿਆਦਾ ਵੋਟਾਂ ਵੀ ਆਪਣਾ ਜਿਹੜੇ ਜ਼ਰੂਰਤਮੰਦ ਨੇ ਜਾਂ ਜਿਨ੍ਹਾਂ ਨੂੰ ਬੇਰੁਜ਼ਗਾਰੀ ਆ, ਸਭ ਤੋਂ ਜ਼ਿਆਦਾ ਉਮੀਦ ਨਾਲ ਵੋਟਾਂ ਵੀ ਇਹੀ ਲੋਕ ਪਾਉਂਦੇ ਨੇ, ਅਤੇ ਉਮੀਦ ਇਹਨਾਂ ਨੂੰ ਸਰਕਾਰ ਦੀ ਹੁੰਦੀ ਹੈ। ਕਿਉਂਕਿ ਗਰੀਬ ਅਮੀਰ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਕੋਲ ਪੈਸਾ ਹੁੰਦਾ, ਨਾ ਉਹਨਾਂ ਨੂੰ ਵੋਟ ਦੀ ਜ਼ਰੂਰਤ ਹੁੰਦੀ ਹੈ, ਨਾ ਉਹਨਾਂ ਦੀ ਸਪੋਰਟ ਦੀ ਜ਼ਰੂਰਤ ਹੁੰਦੀ ਆ। ਆਮ ਲੋਕਾਂ ਨੂੰ ਹੀ ਆਪਣਾ ਵੋਟਿੰਗ ਦੀ ਜ਼ਰੂਰਤ ਹੁੰਦੀ ਹੈ, ਆਮ ਲੋਕਾਂ ਨੂੰ ਹੀ ਸਰਕਾਰਾਂ ਦੀ ਹੈਲਪ ਦੀ ਜ਼ਰੂਰਤ ਹੁੰਦੀ ਹੈ। ਅਤੇ ਮੈਂ ਫਿਰ ਦੁਬਾਰਾ ਇਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਇਹਨਾਂ ਬਾਰੇ ਸੋਚੋ। ਹਜੇ ਤੱਕ ਇਹ ਜਿਹੜੀ ਆਪਣਾ ਵਾਰਡ ਨੰਬਰ 36 ਆ, ਸਭ ਤੋਂ ਜ਼ਿਆਦਾ ਜਿਹੜੀ ਵੋਟਿੰਗ ਹੈ ਕਾਂਗਰਸ ਨੂੰ, ਆਪਣਾ ਕੈਪਟਨ ਸਾਹਿਬ ਨੂੰ ਵੋਟਿੰਗ ਸਭ ਤੋਂ ਜ਼ਿਆਦਾ ਇਸੀ ਵਾਰਡ 'ਚੋਂ ਜਾਂਦੀ ਹੈ, ਅਤੇ ਹਜੇ ਤੱਕ ਇਸ ਵਾਰਡ ਦੇ ਵਿੱਚ ਨਹੀਂ ਲੋਕਾਂ ਤੱਕ ਜਿਹੜੀਆਂ ਸਹੂਲਤਾਂ ਨੇ ਨਹੀਂ ਪਹੁੰਚ ਰਹੀਆਂ, ਅਤੇ ਪਲੀਜ਼ ਇਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ, ਅਤੇ ਜਿਹੜੀਆਂ ਆਪਣੀਆਂ NGO ਨੇ ਉਹ ਵੱਧ ਤੋਂ ਵੱਧ ਹੈਲਪ ਕਰਨ। We'll be right back.